ਪਰ ਮੈਂ ਇਹ ਗੱਲ ਕਹਿ ਰਿਹਾ ਜੀ, ਜਦੋਂ ਤੁਸੀਂ ਮਨਾਲੀ ਸਾਨੂੰ ਪਿਕਅਪ ਨਹੀਂ ਕਰਨ ਦੇ ਰਹੇ, ਠੀਕ ਹੈ ਜੀ, ਸਾਨੂੰ ਸ਼ਿਮਲਿਓ ਪਿਕਅਪ ਨਹੀਂ ਕਰਨ ਦੇ ਰਹੇ, ਕਸੌਲੀ ਸਾਨੂੰ ਤੁਸੀਂ ਉੱਥੇ ਜਾ ਕੇ ਕਹਿ ਰਹੇ ਹੋ ਜੀ ਇਹ ਪਾਰਕਿੰਗ ਦੀ ਗੱਡੀ ਲਾ ਲਓ, ਨਹੀਂ ਕਰਨ ਦੇ ਰਿਹਾ ਤੁਹਾਨੂੰ ਹਿਮਾਚਲ ਟੈਕਸੀ ਯੂਨੀਅਨ ਵਾਲੇ, ਉਹ ਕਹਿੰਦੇ ਜੀ ਇਹ ਸਾਡੀ ਜਿਹੜੀ ਸਟੇਟ ਹੈ, ਸਾਡਾ ਜਿਹੜਾ ਇੱਥੇ ਜਿਹੜਾ ਕਸਟਮਰ ਹੈ ਉਹ ਸਾਡੀ ਪ੍ਰੈਫਰੈਂਸ ਹੈ ਪਹਿਲੀ, ਜਾਂ ਪੰਜਾਬ ਦੇ ਵਿੱਚ ਜਾਂ ਚੰਡੀਗੜ੍ਹ ਦੇ ਰੇਲਵੇ ਸਟੇਸ਼ਨ 'ਤੇ ਲੈਂਟੇ ਮਾਲ, ਮਾਦਰੀ ਚੌਂਕ ਪੰਚਕੂਲੇ ਦਾ, ਅਤੇ ਖਾਸ ਕਰਕੇ ਏਅਰਪੋਰਟ, ਇੱਥੋਂ ਵੀ ਤੁਸੀਂ ਪਿਕਅਪ ਨਹੀਂ ਕਰਨ ਦੇਵਾਂਗੇ ਅਸੀਂ ਤੁਹਾਨੂੰ। ਪਰ ਜੇ ਉਹ ਸੋਚਣ ਕਿ ਅਸੀਂ ਰੇਲਵੇ ਸਟੇਸ਼ਨ ਤੋਂ ਪਿਕਅਪ ਕਰਕੇ ਲੈ ਜਾਵਾਂਗੇ ਅਤੇ ਸਾਡੇ 200 ਗੱਡੀਆਂ ਉਹ ਭਰ ਕੇ ਲੈ ਜਾਣਗੇ, ਸਾਡੇ ਵਾਲੇ ਭੁੱਖੇ ਮਰਨਗੇ, ਇਹ ਕੰਮ ਅਸੀਂ ਨਹੀਂ ਕਰਨ ਦੇਣਾ। ਪਰ ਜੇ ਉਹ ਬਿਆਨ ਦਿੰਦੇ ਨੇ ਕਿ ਜੀ ਆਪਣਾ ਭਾਈਚਾਰਕ ਸਾਂਝ ਆ, ਅਸੀਂ ਕੁਛ ਨਹੀਂ ਹੋਣ ਦੇਵਾਂਗੇ, ਪਰ ਜੇ ਉੱਥੇ ਜਿਹੜੀਆਂ ਘਟਨਾਵਾਂ ਹੋ ਰਹੀਆਂ ਉਹ ਸਰੇਆਮ ਹੋ ਰਹੀਆਂ ਨੇ, ਪਾਰਕਿੰਗ ਪਿੱਛੇ ਹੋ ਗਈਆਂ ਜੀ। ਹਿਮਾਚਲ ਤੇ ਪੰਜਾਬ ਦੇ ਟੈਕਸੀ ਡਰਾਈਵਰਸ ਦਾ ਵਿਵਾਦ ਲਗਾਤਾਰ ਵੱਧਦਾ ਜਾ ਰਿਹਾ, ਹਾਲਾਂਕਿ ਕਈ ਵਾਰੀ ਸਮਝੌਤੇ ਦੀ ਵੀ ਗੱਲ ਹੋਈ, ਲੇਕਿਨ ਇਸ ਤਰ੍ਹਾਂ ਦੇ ਕਈ ਇੰਸੀਡੈਂਟਸ ਆਏ, ਕੁੱਟਮਾਰ ਦੇ ਵੀ ਸਾਹਮਣੇ ਆ ਰਹੀ ਚੀਜ਼ਾਂ, ਜਿਸ ਨੂੰ ਲੈ ਕੇ ਹੁਣ ਪੰਜਾਬ ਦੇ ਜਿਹੜੇ ਟੈਕਸੀ ਯੂਨੀਅਨ ਹੈ ਉਹਨਾਂ ਦੇ ਪ੍ਰਧਾਨ ਹੈ ਉਹਨਾਂ ਵੱਲੋਂ ਵੀ ਲਗਾਤਾਰ ਮੀਟਿੰਗਸ ਕੀਤੀ ਜਾ ਰਹੀ ਹੈ। ਹਾਲਾਂਕਿ ਆਉਣ ਵਾਲੇ ਦਿਨਾਂ 'ਚ ਉਹ ਪ੍ਰਸ਼ਾਸਨ ਨੂੰ ਵੀ ਮੰਗ ਪੱਤਰ ਦੇਣਗੇ, ਪੁਲਿਸ ਨਾਲ ਵੀ ਗੱਲਬਾਤ ਕਰਾਂਗੇ, ਜਲਦੀ ਇਹਦੇ ਵਿੱਚ ਮੀਟਿੰਗ ਹੋਣ ਵਾਲੀ ਹੈ ਕਿ ਇਸ ਤਰ੍ਹਾਂ ਦੀ ਚੀਜ਼ਾਂ ਨਾ ਹੋਣ। ਸਾਡੇ ਨਾਲ ਟ੍ਰਾਈਸਿਟੀ ਯੂਨੀਅਨ ਦੇ ਪ੍ਰਧਾਨ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਭਾਅ ਜੀ, ਕਿਉਂਕਿ ਹੁਣ ਸਿਚੁਏਸ਼ਨ ਕਾਫੀ ਡਿਫਰੈਂਟ ਹੈ, ਕੱਲ ਵੀ ਕੁੱਟਮਾਰ ਹੋਈ ਹੈ, ਉਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਵਿਵਾਦ ਸਾਹਮਣੇ ਆ ਰਹੇ ਹਨ, ਕਿਸ ਤਰ੍ਹਾਂ ਤੁਸੀਂ ਵੇਖਦੇ ਹੋ ਕਿ ਇਹਦਾ ਹੱਲ ਕੀ ਹੈ? ਵੀ ਹੱਲ ਦੇਖੋ, ਸਰੇਆਮ ਜਿਹੜਾ ਧੱਕਾ ਹੋ ਰਿਹਾ ਜੀ, ਹਿਮਾਚਲ ਸਰਕਾਰ ਸਾਨੂੰ ਕਹਿ ਰਹੀ ਹੈ, ਸਾਡੇ ਸੀਐਮ ਸਾਹਿਬ ਬੜੇ ਮਾਣਯੋਗ ਨੇ ਸਾਡੇ ਲਈ ਉਹ ਵੀ, ਅਤੇ ਉਹਨਾਂ ਨੇ ਕਿਹਾ ਸੀਗਾ ਵੀ ਇੱਦਾਂ ਦੀ ਕੋਈ ਘਟਨਾ ਨਹੀਂ, ਸਾਡੇ ਭਰਾ ਨੇ, ਛੋਟਾ ਭਰਾ ਵੱਡਾ ਭਰਾ ਗੱਲ ਚੱਲ ਰਹੀ ਹੈ, ਅਤੇ ਟੈਕਸੀ ਯੂਨੀਅਨ ਵਾਲੇ ਵੀ ਸਾਡੇ ਪ੍ਰਧਾਨ ਜਿਹੜੇ ਹੈਗੇ ਨੇ ਉਹ ਸਾਡੇ ਨਾਲ ਵਧੀਆ ਗੱਲ ਕਰ ਰਹੇ ਨੇ ਕਿ ਯਾਰ ਆਪਾਂ ਮਿਲ ਮੁਲ ਕੇ ਕੰਮ ਕਰੀਏ। ਪਰ ਮੈਂ ਇਹ ਗੱਲ ਕਹਿ ਰਿਹਾ ਜੀ, ਜਦੋਂ ਤੁਸੀਂ ਮਨਾਲੀ ਸਾਨੂੰ ਪਿਕਅਪ ਨਹੀਂ ਕਰਨ ਦੇ ਰਹੇ, ਠੀਕ ਹੈ ਜੀ, ਸਾਨੂੰ ਸ਼ਿਮਲਿਓ ਪਿਕਅਪ ਨਹੀਂ ਕਰਨ ਦੇ ਰਹੇ, ਕਸੌਲੀ ਸਾਨੂੰ ਤੁਸੀਂ ਉੱਥੇ ਜਾ ਕੇ ਕਹਿ ਰਹੇ ਹੋ ਜੀ ਇਹ ਪਾਰਕਿੰਗ ਦੀ ਗੱਡੀ ਲਾ ਲਓ, ਨਹੀਂ ਕਰਨ ਦੇ ਰਿਹਾ ਤੁਹਾਨੂੰ ਹਿਮਾਚਲ ਟੈਕਸੀ ਯੂਨੀਅਨ ਵਾਲੇ? ਅੱਛਾ, ਹਾਂ, ਉਹ ਰੀਜ਼ਨ ਕੀ ਹੈ? ਉਹ ਕਹਿੰਦੇ ਜੀ ਇਹ ਸਾਡੀ ਜਿਹੜੀ ਸਟੇਟ ਹੈ, ਸਾਡਾ ਜਿਹੜਾ ਇੱਥੇ ਕਸਟਮਰ ਹੈ ਉਹ ਸਾਡੀ ਪ੍ਰੈਫਰੈਂਸ ਹੈ ਪਹਿਲੀ, ਵੀ ਅਸੀਂ ਕਹਿੰਦੇ ਹਾਂ ਠੀਕ ਹੈ, ਬਿਲਕੁਲ ਐਗਰੀ ਹਾਂ ਅਸੀਂ ਗੱਲ ਨੂੰ ਕਿ ਤੁਹਾਡੀ ਸਟੇਟ ਦਾ ਜਿਹੜਾ ਪ੍ਰੈਫਰੈਂਸ ਹੈ, ਜਿਹੜਾ ਕਸਟਮਰ ਹੈ, ਜੇ ਮੰਨ ਲਓ ਸਾਡੀ ਪੀਵੀ ਨੰਬਰ ਦੀ ਗੱਡੀ ਜਾਂਦੀ ਹੈ ਤਾਂ ਉਹਨੂੰ ਪਿਕਅਪ ਨਾ ਕਰਨ ਦਿਓ ਤੁਸੀਂ, ਔਰ ਨਹੀਂ ਕਰਨ ਦਿੰਦੇ ਤਾਂ ਕੋਈ ਗੱਲ ਨਹੀਂ, ਫਿਰ ਤੁਸੀਂ ਸਾਡੇ ਸ਼ਹਿਰ ਦੇ ਵਿੱਚ ਮੋਹਾਲੀ, ਖਰੜ, ਜਾਂ ਪੰਜਾਬ ਦੇ ਵਿੱਚ ਜਾਂ ਚੰਡੀਗੜ੍ਹ ਦੇ ਰੇਲਵੇ ਸਟੇਸ਼ਨ 'ਤੇ ਲੈਂਟੇ ਮਾਲ, ਮਾਦਰੀ ਚੌਂਕ ਪੰਚਕੂਲੇ ਦਾ, ਅਤੇ ਖਾਸ ਕਰਕੇ ਏਅਰਪੋਰਟ, ਇੱਥੋਂ ਵੀ ਤੁਸੀਂ ਪਿਕਅਪ ਨਹੀਂ ਕਰਨ ਦੇਵਾਂਗੇ ਅਸੀਂ ਤੁਹਾਨੂੰ। ਤੁਸੀਂ ਇਹ ਗੱਲ ਸਾਫ਼ ਕਹੀ ਹੈ? ਮੈਂ ਇਹ ਗੱਲ ਸਾਫ਼ ਕਹਿ ਰਹੀ, ਸਾਰੀ ਯੂਨੀਅਨ ਨੂੰ ਕਹਿ ਰਿਹਾ, ਜਿਹੜਾ ਸਾਡਾ ਪੰਜਾਬ ਦਾ ਡਰਾਈਵਰ ਉੱਥੇ ਜਾ ਰਿਹਾ ਉਹ ਆਪਣਾ ਉਹਦੇ ਪੈਸੇ ਲੈ ਕੇ ਜਾਵੇ, ਡਰੋਪ ਕਰਕੇ ਆਵੇ, ਵਾਪਸ ਆ ਜਾਵੇ, ਬਸ ਕੋਈ ਪਾਰਕਿੰਗ ਦੀ ਉੱਥੇ ਲੋੜ ਨਹੀਂ ਤੁਹਾਨੂੰ ਕਰਨ ਦੀ ਗੱਡੀ, ਕੋਈ ਕਿਸੇ ਯੂਨੀਅਨ ਦੀ ਮਿਹਨਤ ਕਰਨ ਦੀ ਲੋੜ ਨਹੀਂ, ਕਿਸੇ ਗਰੁੱਪ 'ਚ ਮੈਸੇਜ ਪਾਉਣ ਦੀ ਲੋੜ ਨਹੀਂ, ਮੈਨੂੰ ਵਾਪਸੀ ਦੇ ਦਿਓ। ਤੁਸੀਂ 2000 ਰੁਪਏ 'ਚ ਕਿਉਂ ਜਾਂਦੇ ਹੋ ਉੱਥੇ ਸ਼ਿਮਲੇ, ਜਦੋਂ ਉਹ 5000 ਰੁਪਏ 'ਚ ਡਰੋਪ ਕਰਨ ਆ ਰਿਹਾ ਤੁਸੀਂ 2000 ਕਿਉਂ ਜਾਂਦੇ ਹੋ? ਅਤੇ ਸ਼ਿਮਲੇ ਵਾਲੇ ਜੀ ਜਾਂ ਕੋਈ ਵੀ ਬੰਦੇ ਟੈਕਸੀ ਯੂਨੀਅਨ ਦੇ ਪ੍ਰਧਾਨ ਹੈ, ਸਾਡੀ ਕਿਸੇ ਨਾਲ ਕੋਈ ਲੜਾਈ ਨਹੀਂ, ਉਹ ਸਾਡਾ ਡਰਾਈਵਰ ਵੀਰ ਹੈ, ਸਾਡੀ ਜਾਤ ਬਰਾਦਰੀ ਹੈ, ਉਹ ਉੱਥੋਂ 5000 ਰੁਪਏ 'ਚ ਆਪਣੇ ਆਪਣਾਉਣ ਦੀ ਡਿਊਟੀ ਲੈ ਕੇ ਆਉਣ, ਉਹ ਵੀ ਇੱਥੇ ਆਉਣ, ਡਰੋਪ ਕਰਨ, ਕਿਸੇ ਨਾਲ ਕੋਈ ਬਦਤਮੀਜ਼ੀ ਨਹੀਂ ਹੋਏਗੀ, ਮੈਂ ਉਹਦੀ ਜ਼ਿੰਮੇਵਾਰੀ ਲੈਂਦਾ ਜੀ ਪੂਰੀ। ਪਰ ਜੇ ਉਹ ਸੋਚਣ ਕਿ ਅਸੀਂ ਰੇਲਵੇ ਸਟੇਸ਼ਨ ਤੋਂ ਪਿਕਅਪ ਕਰਕੇ ਲੈ ਜਾਵਾਂਗੇ ਅਤੇ ਸਾਡੇ 200 ਗੱਡੀਆਂ ਉਹ ਭਰ ਕੇ ਲੈ ਜਾਣਗੇ, ਸਾਡੇ ਵਾਲੇ ਭੁੱਖੇ ਮਰਨਗੇ, ਇਹ ਕੰਮ ਅਸੀਂ ਨਹੀਂ ਕਰਨ ਦੇਣਾ। ਭਾਅ ਜੀ, ਇਹ ਲਗਾਤਾਰ ਵਿਵਾਦ ਵੱਧਦਾ ਜਾ ਰਿਹਾ, ਕੁੱਟਮਾਰ ਵੀ ਹੋਈ ਹੈ, ਕੱਲ੍ਹ ਪਰਸੋਂ ਵੀ ਜਿਹੜਾ ਹੈਗਾ ਇੰਸੀਡੈਂਟ ਹੋਇਆ, ਆਪਸ 'ਚ ਮਾਰਪੀਟ ਹੋਈ ਹੈ, ਇਹਦਾ ਕੋਈ ਹੱਲ ਤਾਂ ਨਿਕਲਣਾ ਪੈਣਾ? ਦੇਖੋ ਜੀ, ਸ਼ਰਾਰਤੀ ਅੰਸਰ ਸਾਰੇ ਪਾਸੇ ਹੈ ਜੀ, ਸਾਡੇ ਵਾਲੇ ਪਾਸੇ ਵੀ, ਉੱਧਰ ਵੀ ਹੈ, ਇਸ ਗੱਲ ਤੋਂ ਅਸੀਂ ਨਹੀਂ ਮੁੱਕਰਦੇ ਬਿਲਕੁਲ। ਪਰ ਜੇ ਉਹ ਬਿਆਨ ਦਿੰਦੇ ਨੇ ਕਿ ਜੀ ਆਪਣਾ ਭਾਈਚਾਰਕ ਸਾਂਝ ਆ, ਅਸੀਂ ਕੁਛ ਨਹੀਂ ਹੋਣ ਦੇਵਾਂਗੇ, ਪਰ ਜੇ ਉੱਥੇ ਜਿਹੜੀਆਂ ਘਟਨਾਵਾਂ ਹੋ ਰਹੀਆਂ ਉਹ ਸਰੇਆਮ ਹੋ ਰਹੀਆਂ ਨੇ, ਪਾਰਕਿੰਗ ਪਿੱਛੇ ਹੋ ਗਈਆਂ ਜੀ, ਪਾਰਕਿੰਗ ਗੱਡੀ ਪਾਰਕਿੰਗ ਲਾਉਣ ਪਿੱਛੇ 10 ਬੰਦੇ ਉਹਨੂੰ ਕੁੱਟ ਕੇ, ਦੱਸੋ ਕੋਈ ਗੱਲ ਹੈ ਕੋਈ? ਸਾਡੀ ਤੜ ਚੈੱਕ ਨਾ ਕਰੀ ਜਾਵੇ, ਸਾਡੇ ਪੇਸ਼ੈਂਸ ਲੈਵਲ ਟੁੱਟ ਚੁੱਕੇ ਹੈ,
ਅਸੀਂ 4 ਤਰੀਕ ਨੂੰ ਸਵੇਰੇ 9 ਵਜੇ ਇੱਕ ਬਹੁਤ ਵੱਡਾ ਪ੍ਰਦਰਸ਼ਨ ਕਰਨ ਲੈ ਰਹੇ ਹਾਂ ਚੰਡੀਗੜ੍ਹ ਪ੍ਰਸ਼ਾਸਨ ਅੱਗੇ ਕਿ ਜਿਵੇਂ ਉਹਨਾਂ ਦੀਆਂ ਯੂਨੀਅਨਾਂ ਦਾ ਪੁਲਿਸ ਪ੍ਰਸ਼ਾਸਨ ਤੇ ਸਰਕਾਰਾਂ ਸਾਥ ਦਿੰਦੀਆਂ ਨੇ ਉਵੇਂ ਪ੍ਰਸ਼ਾਸਨ ਸਾਡਾ ਵੀ ਸਾਥ ਦੇਵੇ। ਅਸੀਂ ਕਿਸੇ ਨਾਲ ਕੋਈ ਲੜਾਈ ਨਹੀਂ ਕਰਾਂਗੇ। ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਦੀ ਗੱਡੀ ਨੂੰ ਜਿਹੜੀ ਕਮਰਸ਼ਲ ਪਲੇਟ ਹੈ, ਪੰਜਾਬ ਦੀ ਗੱਡੀ ਜਿਹੜੀ PB01 ਹੈ ਤੇ ਹਰਿਆਣਾ ਦੀ ਕਮਰਸ਼ਲ ਪਲੇਟ ਨੂੰ ਪਹਿਲਾਂ ਪ੍ਰੈਫਰੈਂਸ ਦਿੱਤੀ ਜਾਵੇ, ਅਸੀਂ ਪਿਕਅਪ ਨਹੀਂ ਕਰਨ ਦੇਵਾਂਗੇ। ਕਿ ਪ੍ਰਸ਼ਾਸਨ ਦੇ ਅਧਿਕਾਰੀ ਨਾਲ ਕੋਈ ਗੱਲਬਾਤ ਹੋਈ ਹੈ ਤੁਹਾਡੀ? ਪ੍ਰਸ਼ਾਸਨ ਨਾਲ ਕੋਈ ਗੱਲਬਾਤ ਨਹੀਂ ਹੋਈ, ਪ੍ਰਸ਼ਾਸਨ ਸੁਣਦਾ ਹੀ ਨਹੀਂ ਗੱਲ। ਪ੍ਰਸ਼ਾਸਨ ਕਹਿੰਦਾ ਜੇ ਕੋਈ ਇੰਸੀਡੈਂਟ ਹੋਇਆ ਉੱਥੇ ਜਾ ਕੇ ਦਿਓ, ਜੇ ਉੱਥੇ ਦਰਖਾਸਤ ਦੇਵਾਂਗੇ ਤਾਂ ਉੱਥੇ ਵਾਰ ਵਾਰ ਡਰਾਈਵਰ ਕਿੱਥੇ ਜਾਊਗਾ? ਮੰਨ ਲਓ ਕਿਸੇ ਡਰਾਈਵਰ ਨਾਲ ਕੋਈ ਮਿਸ ਹੈਪਨਿੰਗ ਹੋ ਗਈ, ਮਨਾਲੀ ਹੋ ਗਈ, ਉਹ ਅੱਜ ਦਰਖਾਸਤ ਦੇ ਦੂ, ਅੱਜ ਯੂਨੀਅਨ ਸਾਥ ਦੇ ਦੂਗੀ, ਅੱਜ ਡਰਾਈਵਰ ਸਾਥ ਦੇ ਦੇਣਗੇ, ਇਮੋਸ਼ਨਲੀ ਲੋਕ ਵੀ ਜੁੜਨਗੇ, ਪੰਜਾਬ ਦੇ ਵੀ ਜੁੜਨਗੇ, ਹੋਰ ਵੀ ਇਨਸਾਨੀਅਤ ਤੌਰ ਤੇ ਵੀ ਜੁੜਦੇ ਆ। ਉਸ ਤੋਂ ਬਾਅਦ ਜਦੋਂ ਉਸ ਤੇ ਉਹਦੀ ਕਾਰਵਾਈ ਕਰਨ ਵਾਲੀ, ਉਹਨੂੰ ਕਿੰਨੀ ਵਾਰ ਜਾਣਾ ਪਊਗਾ? ਇਹਦਾ ਹੱਲ ਕੀ ਹੈ? ਹੱਲ ਵੀ ਹੈ ਜੀ, 1-way ਜਿਹੜਾ ਅਸੀਂ ਕਹਿੰਦੇ 1-way, ਚਾਹੇ ਉਹ ਦਿੱਲੀ ਚੱਲਦਾ, ਹਿਮਾਚਲ ਚੱਲਦਾ, ਕਿਤੇ ਵੀ ਹੈ, ਉਹ ਬੰਦ ਕਰਨਾ ਪਏਗਾ ਸਾਨੂੰ। ਉਹ ਸਾਡੇ ਲਈ ਕੋਡ ਹੈ ਟੈਕਸੀ ਲੈਣ ਲਈ, ਸਾਨੂੰ 1-way ਬੰਦ ਕਰਨਾ ਪਏਗਾ। ਅਪ ਡਾਊਨ ਦਾ ਜਿਵੇਂ ਕੰਮ ਪਹਿਲਾਂ ਚੱਲਦਾ ਸੀ ਉਵੇਂ ਚੱਲਦਾ ਰਿਹਾ। ਉਹਦਾ ਨਤੀਜਾ ਸਾਡੇ ਚੰਡੀਗੜ੍ਹ ਦੇ ਵਿੱਚ 14 ਟੈਕਸੀ ਸਟੈਂਡ ਬੰਦ ਹੋ ਗਏ, ਉਹ 1-way ਦੇ ਕਰਕੇ, ਕਿਉਂਕਿ ਕੰਮ ਰਿਹਾ ਹੀ ਨਹੀਂ ਜੀ। ਓਲਾ ਉਬਰ ਨੇ ਸਾਡਾ ਕੰਮ ਖਾ ਚੁੱਕੇ ਹੈ, ਉਹ ਸਟੈਂਡਰਡ ਦਾ ਵੀ ਨਾਸ ਕੀਤਾ। ਅੱਜ ਚੰਡੀਗੜ੍ਹ ਦੇ ਵਿੱਚ ਟਰਾਈ ਸਿਟੀ ਦੇ ਵਿੱਚ ਜਿੰਨੀ ਕੈਬ ਚੱਲ ਰਹੀ ਹੈ ਉਹਦਾ ਰੇਟ ਅੱਜ ਤੋਂ 4 ਸਾਲ ਪਹਿਲਾਂ 28 ਰੁਪਏ ਰੇਟ ਸੀ, ਅੱਜ 6 ਰੁਪਏ ਰੇਟ ਆ ਗਿਆ ਜੀ। ਨਾ ਚੰਡੀਗੜ੍ਹ ਪ੍ਰਸ਼ਾਸਨ ਉੱਤੇ ਕਾਰਵਾਈ ਕਰ ਰਿਹਾ, ਨਾ ਸਾਨੂੰ ਜਿਹੜੇ ਰੇਟ DC ਸਾਹਿਬ ਨੇ ਦਿੱਤੇ ਆ ਸਾਨੂੰ, ਨਾ ਉਹ ਨਿਰਧਾਰਿਤ ਹੋ ਰਿਹਾ, ਨਾ ਬਾਈਕ ਟੈਕਸੀ ਬੰਦ ਹੋ ਰਹੀ ਹੈ ਜਿਹੜੀ ਅਵੈਧ ਚੱਲ ਰਹੀ ਹੈ ਟੋਟਲੀ, ਨਾ ਬਲਾਬਲਾ ਬੰਦ ਹੋ ਰਹੀ ਹੈ, ਪ੍ਰਾਈਵੇਟ ਗੱਡੀਆਂ ਦੇ ਸਟੈਂਡ ਬਣ ਚੁੱਕੇ, ਉਹਨਾਂ ਦੇ ਪ੍ਰਧਾਨ ਬਣ ਚੁੱਕੇ ਜਿਹੜੇ ਚਿੱਟੀ ਪਲੇਟ ਦੀ ਗੱਡੀ ਲੈ ਕੇ ਜਾ ਰਹੀ ਹੈ ਦਿੱਲੀ। ਬਹੁਤ ਸਾਰੇ ਇਸ਼ੂ ਨੇ, ਹਾਲਾਂਕਿ ਇਹਨਾਂ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ 4 ਤਰੀਕ ਨੂੰ ਇੱਕ ਪ੍ਰਦਰਸ਼ਨ ਕਰਨਾ, ਜਿੰਨੇ ਵੀ ਟਰਾਈ ਸਿਟੀ ਦੇ ਟੈਕਸੀ ਡਰਾਈਵਰਸ ਨੇ ਉਹਨਾਂ ਦੇ ਪ੍ਰਧਾਨ ਹੈ, ਉਹਨਾਂ ਵੱਲੋਂ Sector 17 ਤੋਂ Sector 9 ਹੈੱਡਕੁਆਰਟਰ ਤੱਕ ਇੱਕ ਪ੍ਰਦਰਸ਼ਨ ਕਰਨਾ ਹੈ। ਲੇਕਿਨ ਜਿਹੜਾ ਹਿਮਾਚਲ ਦੀ ਅਸੀਂ ਗੱਲ ਕਰ ਲਈ ਹੈ, ਪੰਜਾਬ ਦੀ ਅਸੀਂ ਗੱਲ ਕਰ ਲਈ ਹੈ, ਟੈਕਸੀ ਡਰਾਈਵਰ ਦਾ ਜਿਹੜਾ ਵਿਵਾਦ ਹੈ ਉਹ ਲਗਾਤਾਰ ਵੱਧਦਾ ਜਾ ਰਿਹਾ। ਹਾਲਾਂਕਿ ਕੋਸ਼ਿਸ਼ ਜ਼ਰੂਰ ਕੀਤੀ ਗਈ ਜਿਹੜਾ ਸੁਲਝਾਉਣ ਦੀ, ਲੇਕਿਨ ਹਜੇ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਸੋਲੂਸ਼ਨ ਇਸ ਪੂਰੇ ਮਾਮਲੇ 'ਚ ਨਹੀਂ ਨਿਕਲਿਆ। ਮੋਹਾਲੀ ਤੋਂ ਕੈਮਰਾਮੈਨ ਅਮਨਦੀਪ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।